ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅਧਿਆਪਕਾਂ ਦੇ ਵੱਲੋਂ ਗੋਲ ਗੱਪਿਆਂ ਦਾ ਸਟਾਲ ਲਗਾ ਕੇ ਰੋਸ ਪ੍ਰਗਟਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਬੀਤੇ 40 ਦਿਨਾਂ ਤੋਂ ਪ੍ਰੋਫੈਸਰਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਹਨ, ਪਰ ਹੁਣ ਹਾਲਾਤ ਅਜਿਹੇ ਬਣੇ ਹਨ ਕਿ ਪੜ੍ਹੇ ਲਿਖੇ ਅਧਿਆਪਕਾਂ ਨੂੰ ਗੋਲ ਗੱਪੇ ਦਾ ਸਟਾਲ ਲਗਾਉਣਾ ਪੈ ਰਿਹਾ। ਅਧਿਆਪਕਾਂ ਦੇ ਵੱਲੋਂ ਸਟਾਲ ਦਾ ਨਾਮ ਵੀ PhD ਗੋਲ ਗੱਪੇ ਵਾਲੇ ਰੱਖਿਆ ਗਿਆ। ਤੁਹਾਨੂੰ ਦੱਸ ਦਈਏ ਕਿ IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਵੱਲੋਂ ਯੂਨੀਵਰਸਿਟੀ ਦੇ ਗੇਟ 'ਤੇ ਬੈਠੇ 39 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਰਕਾਰ 'ਤੇ ਅਨੇਕਾਂ ਸਵਾਲ ਵੀ ਚੁੱਕੇ ਗਏ ਨੇ। ਧਰਨੇ ਤੋਂ ਅੱਕੇ ਪ੍ਰੋਫੈਸਰਾਂ ਨੇ ਹੁਣ ਗੋਲ ਗੱਪੇ ਦਾ ਸਟਾਲ ਲਗਾ ਕੇ ਸਰਕਾਰ ਨੂੰ ਸਵਾਲਾਂ ਦੇ ਵਿੱਚ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਉੱਥੇ ਹੀ ਅਧਿਆਪਕਾਂ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਨਾ ਕਬੂਲ ਹੋਈਆਂ ਤਾਂ ਸਾਨੂੰ ਮਜਬੂਰਨ ਅਜਿਹੇ ਕੰਮ ਹੀ ਕਰਨੇ ਪੈਣਗੇ। ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅਧਿਆਪਕਾਂ ਦੇ ਵੱਲੋਂ ਗੋਲ ਗੱਪਿਆਂ ਦਾ ਸਟਾਲ ਲਗਾ ਕੇ ਰੋਸ ਪ੍ਰਗਟਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਬੀਤੇ 40 ਦਿਨਾਂ ਤੋਂ ਪ੍ਰੋਫੈਸਰਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਹਨ, ਪਰ ਹੁਣ ਹਾਲਾਤ ਅਜਿਹੇ ਬਣੇ ਹਨ ਕਿ ਪੜ੍ਹੇ ਲਿਖੇ ਅਧਿਆਪਕਾਂ ਨੂੰ ਗੋਲ ਗੱਪੇ ਦਾ ਸਟਾਲ ਲਗਾਉਣਾ ਪੈ ਰਿਹਾ। ਅਧਿਆਪਕਾਂ ਦੇ ਵੱਲੋਂ ਸਟਾਲ ਦਾ ਨਾਮ ਵੀ PhD ਗੋਲ ਗੱਪੇ ਵਾਲੇ ਰੱਖਿਆ ਗਿਆ। ਤੁਹਾਨੂੰ ਦੱਸ ਦਈਏ ਕਿ IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਵੱਲੋਂ ਯੂਨੀਵਰਸਿਟੀ ਦੇ ਗੇਟ 'ਤੇ ਬੈਠੇ 39 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਰਕਾਰ 'ਤੇ ਅਨੇਕਾਂ ਸਵਾਲ ਵੀ ਚੁੱਕੇ ਗਏ ਨੇ। ਧਰਨੇ ਤੋਂ ਅੱਕੇ ਪ੍ਰੋਫੈਸਰਾਂ ਨੇ ਹੁਣ ਗੋਲ ਗੱਪੇ ਦਾ ਸਟਾਲ ਲਗਾ ਕੇ ਸਰਕਾਰ ਨੂੰ ਸਵਾਲਾਂ ਦੇ ਵਿੱਚ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਉੱਥੇ ਹੀ ਅਧਿਆਪਕਾਂ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਨਾ ਕਬੂਲ ਹੋਈਆਂ ਤਾਂ ਸਾਨੂੰ ਮਜਬੂਰਨ ਅਜਿਹੇ ਕੰਮ ਹੀ ਕਰਨੇ ਪੈਣਗੇ। ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅਧਿਆਪਕਾਂ ਦੇ ਵੱਲੋਂ ਗੋਲ ਗੱਪਿਆਂ ਦਾ ਸਟਾਲ ਲਗਾ ਕੇ ਰੋਸ ਪ੍ਰਗਟਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਬੀਤੇ 40 ਦਿਨਾਂ ਤੋਂ ਪ੍ਰੋਫੈਸਰਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਹਨ, ਪਰ ਹੁਣ ਹਾਲਾਤ ਅਜਿਹੇ ਬਣੇ ਹਨ ਕਿ ਪੜ੍ਹੇ ਲਿਖੇ ਅਧਿਆਪਕਾਂ ਨੂੰ ਗੋਲ ਗੱਪੇ ਦਾ ਸਟਾਲ ਲਗਾਉਣਾ ਪੈ ਰਿਹਾ। ਅਧਿਆਪਕਾਂ ਦੇ ਵੱਲੋਂ ਸਟਾਲ ਦਾ ਨਾਮ ਵੀ PhD ਗੋਲ ਗੱਪੇ ਵਾਲੇ ਰੱਖਿਆ ਗਿਆ। ਤੁਹਾਨੂੰ ਦੱਸ ਦਈਏ ਕਿ IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਵੱਲੋਂ ਯੂਨੀਵਰਸਿਟੀ ਦੇ ਗੇਟ 'ਤੇ ਬੈਠੇ 39 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਰਕਾਰ 'ਤੇ ਅਨੇਕਾਂ ਸਵਾਲ ਵੀ ਚੁੱਕੇ ਗਏ ਨੇ। ਧਰਨੇ ਤੋਂ ਅੱਕੇ ਪ੍ਰੋਫੈਸਰਾਂ ਨੇ ਹੁਣ ਗੋਲ ਗੱਪੇ ਦਾ ਸਟਾਲ ਲਗਾ ਕੇ ਸਰਕਾਰ ਨੂੰ ਸਵਾਲਾਂ ਦੇ ਵਿੱਚ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਉੱਥੇ ਹੀ ਅਧਿਆਪਕਾਂ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਨਾ ਕਬੂਲ ਹੋਈਆਂ ਤਾਂ ਸਾਨੂੰ ਮਜਬੂਰਨ ਅਜਿਹੇ ਕੰਮ ਹੀ ਕਰਨੇ ਪੈਣਗੇ। ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅਧਿਆਪਕਾਂ ਦੇ ਵੱਲੋਂ ਗੋਲ ਗੱਪਿਆਂ ਦਾ ਸਟਾਲ ਲਗਾ ਕੇ ਰੋਸ ਪ੍ਰਗਟਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਬੀਤੇ 40 ਦਿਨਾਂ ਤੋਂ ਪ੍ਰੋਫੈਸਰਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਹਨ, ਪਰ ਹੁਣ ਹਾਲਾਤ ਅਜਿਹੇ ਬਣੇ ਹਨ ਕਿ ਪੜ੍ਹੇ ਲਿਖੇ ਅਧਿਆਪਕਾਂ ਨੂੰ ਗੋਲ ਗੱਪੇ ਦਾ ਸਟਾਲ ਲਗਾਉਣਾ ਪੈ ਰਿਹਾ। ਅਧਿਆਪਕਾਂ ਦੇ ਵੱਲੋਂ ਸਟਾਲ ਦਾ ਨਾਮ ਵੀ PhD ਗੋਲ ਗੱਪੇ ਵਾਲੇ ਰੱਖਿਆ ਗਿਆ। ਤੁਹਾਨੂੰ ਦੱਸ ਦਈਏ ਕਿ IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਵੱਲੋਂ ਯੂਨੀਵਰਸਿਟੀ ਦੇ ਗੇਟ 'ਤੇ ਬੈਠੇ 39 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਰਕਾਰ 'ਤੇ ਅਨੇਕਾਂ ਸਵਾਲ ਵੀ ਚੁੱਕੇ ਗਏ ਨੇ। ਧਰਨੇ ਤੋਂ ਅੱਕੇ ਪ੍ਰੋਫੈਸਰਾਂ ਨੇ ਹੁਣ ਗੋਲ ਗੱਪੇ ਦਾ ਸਟਾਲ ਲਗਾ ਕੇ ਸਰਕਾਰ ਨੂੰ ਸਵਾਲਾਂ ਦੇ ਵਿੱਚ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਉੱਥੇ ਹੀ ਅਧਿਆਪਕਾਂ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਨਾ ਕਬੂਲ ਹੋਈਆਂ ਤਾਂ ਸਾਨੂੰ ਮਜਬੂਰਨ ਅਜਿਹੇ ਕੰਮ ਹੀ ਕਰਨੇ ਪੈਣਗੇ।